ਇਹ ਵੇਖੋ ਜੀ, ਇਹ ਵੇਖਣ ਨੂੰ ਛੋਟੀ ਜਿਹੀ ਦੁਕਾਨ ਆ, ਰਸਤੇ ਦੇ ਦੁਕਾਨ ਆ, ਮਤਲਬ ਦਵਾਣੇ ਵੇਚਦਾ। ਇੱਥੇ ਵੈਸੇ ਇੰਟਰਨੈਸ਼ਨਲੀ ਜੇ ਆਪਾਂ ਕਹਾਂਗੇ ਪੂਰੇ ਇਰਾਨ ਦੇ ਵਿੱਚ ਕੋਈ ਵੀ ਨਹੀਂ ਚੱਲਦਾ, ਕਾਰਡ ਨਹੀਂ ਚੱਲਦੇ। ਇਹਨਾਂ ਦੇ ਆਪਣੇ ਬੈਂਕਾਂ ਦੇ ਕਾਰਡ ਆ, ਅਤੇ ਇਸ ਦੁਕਾਨ ਵਾਲੇ ਨੇ ਵੀ ਕਾਰਡ ਰੱਖਿਆ। ਅਸੀਂ ਉਹਨੂੰ ਆਖਿਆ ਵੀ ਸਾਡੇ ਕੋਲ ਪੈਸੇ ਗਏ ਆ ਮੁੱਕ, ਉਹਦਾ ਕਾਰਡ ਲਾ ਦਿਉ, ਅਤੇ ਕਾਰਡ ਹੈਗੇ ਵੀ ਵਾਈਫਾਈ ਵਾਲੇ ਸਾਡੇ, ਹਾਲੇ ਤੱਕ ਪਾਕਿਸਤਾਨ ਹੁਣ ਥੋੜ੍ਹੇ ਥੋੜ੍ਹੇ ਆਉਣ ਲੱਗੇ ਆ, ਅਤੇ ਦਵਾਣੇ ਵਾਲਿਆਂ ਨੇ ਵੀ ਰੱਖੇ ਆ। ਅਮਕਾਰ ਨੇ ਦਵਾਣਾ ਖਾਧਾ, ਹੋਰ ਇੱਥੇ ਕੁਛ ਖਾਣ ਨੂੰ ਹੈ ਨਹੀਂ, ਮੈਂ ਹੀ ਕਰਾਂ। ਇਹਨੇ 3 ਕਿਲੋ ਦਵਾਣਾ ਖਾ ਲਿਆ। ਸਾਡੇ ਨਾ ਮਤਲਬ ਰਿਸ਼ਤੇਦਾਰ ਸੀ, ਤੇ ਉਹ ਨਾ ਬਿਮਾਰ ਹੋ ਗਿਆ, ਪੱਠੇ ਪੁੱਠੇ ਪਾਉਂਦਾ ਸੀ, ਤੇ ਡਾਕਟਰ ਨੇ ਉਹਨੂੰ ਕਿਹਾ ਕਿ ਹਲਕਾ ਫੁਲਕਾ ਖਾਣਾ ਹੈ ਤੁਸੀਂ, ਰੋਟੀ ਰੂਟੀ ਨਹੀਂ ਖਾਣੀ ਆ। ਕਹਿੰਦਾ ਠੀਕ ਹੈ। ਉਹਨੂੰ ਨਾ ਬ੍ਰੈਡ ਦਾ ਜਿਹੜਾ ਵੱਡਾ ਪੈਕਟ ਨਹੀਂ ਹੁੰਦਾ ਉਹ ਲਿਆ ਕੇ ਦੇ ਤਾ, ਤੇ ਡਾਕਟਰ ਆਇਆ ਦੂਸਰੀ ਵਾਰੀ ਰੌਣ ਤੇ, ਹਸਪਤਾਲ ਦਾਲ ਸੀ ਨਾ, ਦੂਸਰੀ ਵਾਰੀ ਰੌਣ ਤੇ ਆਇਆ, ਉਹਨੇ ਦਵਾਈ ਦਵੂਈ ਦੇਣੀ ਸੀ, ਉਹਨੇ ਕਿਹਾ ਆਪਨੇ ਕੁਛ ਖਾਇਆ ਵੀ, ਖਾਧਾ ਕੁਛ? ਕਹਿੰਦਾ ਹਾਂਜੀ ਖਾਧਾ। ਕਹਿੰਦਾ ਕੀ ਖਾਧਾ? ਕਹਿੰਦਾ ਇੱਕ ਛਾਪਰ ਜਿਹਾ ਖਾਧਾ ਵਾ। ਡਾਕਟਰ ਉਹਦੇ ਮੂੰਹ ਵੱਲ ਵੇਖ ਕੇ ਕਹਿੰਦਾ ਸਾਰਾ ਖਾ। ਠੰਡੀ ਨਹੀਂ ਆ, ਤੰਗੀ ਠੰਡਾ 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 ਤੇਰੇ ਨਾਲ ਦਿਹਾੜੀ ਕਰੀ, ਤੇਰੇ ਤੁਮਾਨੇ ਵੇਚੀ, ਪੈਸੇ ਵਸੂਲ ਕਰੀ। ਓਕੇ, ਅਸਲਾਮ ਵਾਲੇਕਮ ਸਾਰੇ ਦੋਸਤਾਂ ਨੂੰ ਜੁੜੇ ਸਾਡੇ ਨਾਲ ਪੰਜਾਬੀ ਲਹਿਰ ਚੈਨਲ 'ਤੇ। ਅਸੀਂ ਇਸ ਵੇਲੇ ਤਹਿਰਾਨ ਸਾਰਾ ਵੇਖੋ ਸੁੱਤਾ ਪਿਆ, ਅਤੇ ਅਸੀਂ ਜਾਗਦੇ ਪਏ। ਸਵੇਰ ਦੇ 6:00 ਕੁਛ ਮਿੰਟ ਹੋਏ ਆ। ਅਸੀਂ ਜਿੱਦਣ ਦੇ ਆਏ ਨਾ ਇਰਾਨ, ਤਾਂ ਰੂਟੀਨ ਬਣ ਗਈ ਆ ਵੀ 5:30 ਅਲਾਰਮ 6 ਦਾ ਲਾਈਦਾ, 5:30 ਆ ਖੁੱਲ ਜਾਂਦੀ, ਅਤੇ ਨਹਾਉਣ ਹੋ ਗਏ, ਅਸੀਂ ਰੈਡੀ ਹੋ ਗਏ ਜੀ। ਤਾਂ ਆਹ ਰਾਤੀ ਅਸੀਂ ਹੋਟਲ ਕਰਾਇਆ ਸੀ, ਮਰਕਜ਼ੀ ਹੋਟਲ ਅਟਲ ਕੀ ਲਿਖਿਆ, 419 ਨੰਬਰ ਲਿਖਿਆ ਉਹਦੇ 'ਤੇ। ਇਹਦੇ 'ਤੇ ਹੋਟਲ ਵਾਲੇ ਸਾਰੇ ਸੁੱਤੇ ਆ, ਅਤੇ ਅਸੀਂ ਜਾਗਣ ਡੇ। ਅਸੀਂ ਉਹਨਾਂ ਨੂੰ ਰਾਤੀ ਕਿਹਾ ਸੀ ਵੀ ਅਸੀਂ 6:00 'ਤੇ ਨਾਸ਼ਤਾ ਕਰਕੇ ਨਿਕਲਣਾ, ਅਤੇ ਉਹ ਹਾਲੀ ਹੈ ਕੋਈ ਨਹੀਂ ਗਾ ਇੱਥੇ। ਉਹ ਜਿੱਥੇ ਗੱਡੀ ਖਿਲਾਰੀ ਆ, ਉਹ ਪਾਰਕਿੰਗ ਆ ਸਾਹਮਣੇ, ਉਹ ਵੀ ਬੰਦ ਆ, ਪਾਰਕਿੰਗ ਵਾਲਾ ਵੀ ਕੋਈ ਨਹੀਂ ਹੈਗਾ। ਅਸੀਂ ਹੁਣ ਵੇਖਣ ਡੇ ਰੱਬ ਦੇ ਰੰਗ ਵੀ ਕਰਨਾ ਕਿ ਅਸੀਂ ਤਾਂ ਜਾਣਾ ਸੀ, ਅਤੇ ਸਵੇਰੇ ਇੱਥੇ ਟਾਈਮ। ਅਤੇ ਹੁਣ ਅਸੀਂ ਡੀਕਣ ਡੇ ਹਾਂ ਵੀ ਨਾਸ਼ਤਾ ਕਿਹੜੇ ਵੇਲੇ ਨਾਸ਼ਤਾ ਲੱਗੇ, ਅਤੇ ਗੱਡੀ ਸਾਡੀ ਨਿਕਲੀ ਅਤੇ ਅਸੀਂ ਨਿਕਲੀਏ। ਕਿਉਂਕਿ ਅਸੀਂ ਤਹਿਰਾਨ ਘੁੰਮਿਆ ਨਹੀਂ, ਬਿਲਕੁਲ ਰੁਕੇ ਹਾਂ, ਬਸ ਸਟੇਅ ਕੀਤਾ। ਅਸੀਂ ਜਾਣਾ ਅੱਗੇ, ਉਸ ਤੋਂ ਵਾਪਸੀ 'ਤੇ ਆਪਾਂ ਘੁੰਮਾਂਗੇ ਇਰਾਨ ਸਾਰਾ। ਸੋ ਕੱਲ੍ਹ ਹੀ ਹੈ ਵੀ ਜਲਦੀ ਜਲਦੀ ਪਹੁੰਚੀਏ, ਕਿਉਂਕਿ ਅੰਜਮ ਪਹੁੰਚਿਆ ਉੱਥੇ, ਇੱਕ ਸ਼ਫਕਤ ਮੇਰਾ ਕਦਨ ਉੱਥੇ ਪਹੁੰਚਿਆ, ਅਤੇ ਅੰਜਮ ਕਾਲਾ ਪਿਆਨ ਦਾ ਮੇਰਾ ਦਿਲ ਨਹੀਂ ਲੱਗਣ ਡਿਆ, ਮੈਂ ਜਾ ਕੇ ਉਹਦਾ ਦਿਲ ਲਾਵਾਂ, ਕਿਤੇ ਭੱਜ ਨਾ ਜਾਵੇ। ਸੋ ਇਸ ਤੋਂ ਸਾਨੂੰ ਕੱਲ੍ਹ ਹੀ ਹੈ ਵੀ ਜਲਦੀ ਜਲਦੀ ਅਸੀਂ ਟ੍ਰਾਂਜ਼ਿਟ ਲੈ ਲਈਏ, ਇੱਥੋਂ ਕ੍ਰਾਸ ਕਰਕੇ ਅੱਗੇ ਤੁਰ ਜਾਈਏ, ਅਤੇ ਫਿਰ ਵਾਪਸੀ 'ਤੇ ਇੱਥੋਂ ਦੀਆਂ ਜਿਹੜੀਆਂ ਰੌਣਕਾਂ ਨੇ ਉਹ ਵੇਖਾਂਗੇ। ਵੈਸੇ ਸੋਹਣੇ ਆ ਸ਼ਹਿਰ, ਬਹੁਤ ਸੋਹਣੇ ਆ, ਸ਼ਿਰਾਜ਼ ਵੇਖਿਆ, ਅਸਫਹਾਨ ਵੇਖਿਆ, ਹੁਣ ਜੇ ਤਹਿਰਾਨ ਆਏ ਤਾਂ ਤਹਿਰਾਨ ਵੀ ਬਹੁਤ ਵਧੀਆ, ਖੂਬਸੂਰਤ ਅਤੇ ਸਾਫ਼ ਸੁਥਰਾ। ਵੈਸੇ ਅਸੀਂ ਹੋਟਲ ਕਰਾਉਣਾ ਸੀ ਹੈਰੀਟੇਜ ਹੋਸਟਲ, ਵੈਸੇ ਸਾਨੂੰ ਰਿਕਮੈਂਡ ਕੀਤਾ ਸੀ ਤੁਸੀਂ ਹੈਰੀਟੇਜ ਹੋਸਟਲ ਕਰਵਾਇਓ, ਜਿਹੜਾ ਹੋਸਟਲ ਵਰਲਡ ਐਪ ਉਹਦੇ ਤੋਂ ਹੁੰਦਾ, ਅਤੇ ਉਹ ਵਧੀਆ, ਸਸਤਾ ਵੀ ਅਤੇ ਸਹੀ ਵੀ ਆ।
ਉਹਨਾਂ ਦਾ ਖਾਣਾ ਵੀ ਬਹੁਤ ਵਧੀਆ, ਅਸੀਂ ਰਾਤੀ ਉੱਥੇ ਗਏ ਬੁਕਿੰਗ ਔਨਲਾਈਨ, ਮੈਂ ਡਰਾਈਵਿੰਗ ਕਰ ਨਹੀਂ ਸਕੇ ਅਤੇ ਪਹੁੰਚੇ ਹਾਂ ਅਤੇ ਉਹ ਰੂਮ ਹੀ ਕੋਈ ਨਹੀਂ ਸੀ, ਲੇਟ ਪਹੁੰਚੇ। ਸੋ ਜਿੰਨੇ ਵੀ ਆਉਣਾ ਹੋਵੇ ਹੋਸਟਲ ਵਰਲਡ ਤੋਂ ਹੈਰੀਟੇਜ ਤਹਿਰਾਨ ਦੇ ਵਿੱਚ, ਬਲਕਿ ਸਾਰੇ ਪਾਸੇ ਹੈਗਾ ਹੈਰੀਟੇਜ ਹੋਸਟਲ, ਉਹ ਇੱਥੇ ਤਹਿਰਾਨ ਵਾਲਾ ਬਹੁਤ ਵਧੀਆ, ਉਹ ਕਰਵਾਇਓ। ਅਸੀਂ ਵੀ ਜਦੋਂ ਵਾਪਸੀ ਆਏ ਅਸੀਂ ਉੱਥੇ ਉਹ ਹੀ ਕਰਵਾ ਕੇ ਉੱਥੇ ਹੀ ਰੁਕਾਂਗੇ। ਹੁਣ ਡੀਕ ਲਈਏ ਜ਼ਰਾ ਨਾਸ਼ਤੇ ਨੁਸ਼ਤੇ, ਨਾਲੇ ਉੱਨੀ ਦੇਰ ਗਲੀਆਂ ਘੁੰਮ ਲਈਏ, ਹਾਲੇ ਹੈਗਾ ਸਾਡੇ ਕੋਲ ਅੱਧਾ ਘੰਟਾ, ਜਿੰਨੀ ਦੇਰ ਨਾਸ਼ਤਾ ਨਹੀਂ ਹੁੰਦਾ ਫਿਰ ਅੱਗੇ ਨਿਕਲਦੇ ਹਾਂ। ਲਓ ਵੀ ਗੱਡੀ ਗਈ ਹੈ ਸਾਨੂੰ ਲੱਭ, ਅਸੀਂ ਖਿਲਾ ਦਾ ਖਿਲਾ ਲਿਆ ਆਪਣਾ ਪਾਰਕਿੰਗ ਵਾਲਾ, ਅਤੇ ਪਾਰਕਿੰਗ ਵਾਲਾ ਪੈਸੇ ਮੈਂ ਕਿਹਾ ਉਹਨਾਂ ਦੇਣੇ, 100 ਰੁਪਈਆ ਲਿਖਿਆ ਸੀ ਉੱਤੇ। ਹਾਂ ਆਹ ਬੜਾ ਐਕਸਾਈਟਡ ਪੁੱਛਣ ਡਿਆ ਵੈਲ, ਇਹ ਹੈਗੀ ਫੀਵਰੇਜ ਵਾਲੇ ਅਤੇ ਇਹਨੂੰ ਇੰਗਲਿਸ਼ ਆਉਂਦੀ। ਵੇਅਰ ਯੂ ਫਰੋਮ? ਇਰਾਨ, ਅਬਸੋਲੂਟਲੀ ਇਰਾਨ। ਯੂ ਸਪੀਕ ਸਿੱਖ ਇੰਗਲਿਸ਼ ਕਹਾਂ ਸੇ? You know a little bit. If you teach English, if you learn English. There is in Iran, there in schools no have English. I speak English if you. Oh, if you want. Ah. Oh, that's right. Otherwise. I am engineer. You are engineer. Mashallah. Oh. Okay. Oh. Thank you. I have a map. Yeah. A water. Yeah. Water supply. Water. For drinking water? Network water. Oh, network water. Oh. That's great. Thank you. Thank you. Bye. Brother. Say, where did you come from? Yeah, also from Pakistan. Pakistan. Yeah. Okay. I'm living in Dubai, but based from Pakistan. Okay. Yeah. Thank you. ਨਾਸ਼ਤਾ ਕਰਕੇ, ਮੈਂ ਕਿਹਾ ਨਾਸ਼ਤਾ ਕਰਕੇ ਨਿਕਲਦੇ ਹਾਂ, ਅਤੇ ਅਸੀਂ ਨਾਸ਼ਤੇ 'ਤੇ ਬੈਠੇ ਹਾਂ, ਅਤੇ ਸਵੇਰੇ ਸਵੇਰ ਆਖਿਆ ਵੀ ਚਲੋ ਨਾ ਦਵਾਣਾ ਖਾਂਦੇ ਹਾਂ, ਵਾਟਰਮੈਲਨ ਅਤੇ ਨਾਲ ਕੁਛ ਨਾ ਕੁਛ ਖਾਂਦੇ ਹਾਂ, ਉਹ ਆਪਾਂ ਥੋੜ੍ਹਾ ਬਹੁਤਾ ਖਾ ਲਿਆ, ਥੋੜ੍ਹਾ ਬਹੁਤਾ ਅੱਗੇ ਵਧਣ ਦੀ ਤਿਆਰੀ ਸੀ, ਅਤੇ ਮੈਂ ਤੁਹਾਨੂੰ ਇੱਕ ਸ਼ਾਇਬ ਹੋਣੀ ਆ, ਇਹ ਵੇਖੋ ਅਮਕਾਰ ਨੇ ਦਵਾਣਾ ਖਾਧਾ। ਹੋਰ ਇੱਥੇ ਕੁਛ ਖਾਣ ਨੂੰ ਹੈ ਨਹੀਂ, ਮੈਂ ਹੀ ਕਰਾਂ। ਰੋਟੀ ਲੱਭੀ ਨਹੀਂ ਗੀ, ਅਤੇ ਆਉਂਦਾ ਸੀ ਵੀ ਮੈਂ ਨਾ ਫਿਰ ਦਿਵਾਉਣ ਦਾ ਦਵਾਣਾ ਮੁੱਕ ਗਿਆ ਉੱਥੇ। ਇਹਨੇ ਇਹਨੇ ਅੱਗੋਂ ਪੁੱਛਿਆ ਕਰਨਾ ਤੁਸੀਂ ਪਾਕਿਸਤਾਨੀ ਸੀ, ਉਹਨੇ ਕਹਿਣਾ ਹਾਂ, ਉਹਨਾਂ ਕਹਿਣਾ ਸਵੇਰੇ ਰਿਸੈਪਸ਼ਨ 'ਤੇ ਤੁਹਾਡੇ ਵਾਸਤੇ ਦਵਾਣਾ ਨਹੀਂ ਆ। ਇਹਨੇ 3 ਕਿਲੋ ਦਵਾਣਾ ਖਾ ਲਿਆ, ਉਹਨਾਂ ਉਹਨਾਂ ਕੇਕ ਲੈ ਕੇ ਆਇਆ, ਇਹ ਖਾਣ ਤੋਂ ਬਾਅਦ ਢਿੱਡ ਨਹੀਂ ਪੀੜ ਹੋਏਗਾ। ਹੈਂ, ਮੈਂ ਤਾਂ ਐਵੇਂ ਹੈਰਾਨ ਆ ਨੇ, ਉਹ ਪਿੱਛੇ ਚਾਈਨੀਜ਼ ਬੈਠੀਆਂ ਚਾਰ ਸਵੇਰੇ ਵੇਖਦੀਆਂ ਵੀ ਉਹਨਾਂ ਦੀਆਂ ਪਲੇਟਾਂ 'ਚ ਇੱਕ ਕਿਹੜੇ ਗ੍ਰਹਿ ਦਾ ਆ ਗਿਆ, ਉਹਨਾਂ ਨੂੰ ਕੀ ਪਤਾ ਕਿ ਪੱਠੇ ਪੁੱਠੇ ਪਾਉਂਦੇ। ਅੱਛਾ, ਮੈਂ ਉੱਤੋਂ ਪੀਵਾਂ ਤੇ ਢਿੱਡ ਦਿੱਤਾ ਨਹੀਂ ਦੁੱਖਦਾ, ਨਹੀਂ ਦੁੱਖਦਾ, ਹੈਂ ਨਹੀਂ ਦੁੱਖਦਾ। ਚਲੋ ਤਿਆਰੀ ਕਰ ਲਈ ਆਪਾਂ ਹੁਣ ਅੱਗੇ ਵਧਣ ਦੀ, ਜਾਣਾ ਆਪਾਂ ਹੁਣ ਬਾਰਡਰ ਵਾਲੀ ਸਾਈਡ ਨੂੰ ਤਬਰੇਜ਼ ਆਉਣਾ ਰਸਤੇ 'ਚ, 7 ਘੰਟੇ ਦੀ ਡਰਾਈਵ ਆ ਤਬਰੇਜ਼ ਤੱਕ, ਉਸ ਤੋਂ ਅੱਗੇ ਫਿਰ 3 ਘੰਟੇ ਦੀ ਆ, ਕੋਸ਼ਿਸ਼ ਤਾਂ ਕਰਾਂਗੇ ਸਾਰੀ ਕਰਨ ਦੀ, ਨਹੀਂ ਤਾਂ 7 ਘੰਟੇ ਤਾਂ ਕਰਾਂਗੇ ਇਨਸ਼ਾਅੱਲਾ। ਅਤੇ ਵਕਾਰ ਕਿਵੇਂ, ਰੱਜ ਕੇ ਖਾ ਲਈ? ਦਵਾਣਾ ਰੱਜ ਕੇ ਖਾਧਾ, ਹੈਂ ਉੱਤੋਂ 2 ਕੇਕ ਖਾਧੇ, ਦੁੱਧ ਦਾ ਗਲਾਸ ਪੀਤਾ, ਹੋਰ ਕੁਛ ਖਾਣ ਨੂੰ ਹੈ ਨਹੀਂ, ਮੈਂ ਹੀ ਕਰਾਂ। ਕੱਲ੍ਹ ਵਾਲਾ ਬਹੁਤ ਵਧੀਆ ਸੀ ਕਸਮ, ਕੱਲ੍ਹ ਹਰ ਸ਼ਾਹ ਅਤੇ ਮੁਰੱਬੇ ਹਰ ਚੀਜ਼ਾਂ ਪਈਆਂ, ਇੱਥੇ ਇੱਥੇ ਉਹ ਲੋਕ ਹੀ ਆ ਬਸ ਰੱਖੇ। ਜਿਵੇਂ ਅੱਜ ਬਿਮਾਰ ਬਮੂਰ ਹੋ ਜਾਏ ਫਿਰ ਤੈਨੂੰ ਡਾਕਟਰ, ਜਿਵੇਂ ਫਿਰ ਡਾਕਟਰ ਜੀ ਤੈਨੂੰ ਕਹਿੰਦਾ ਸੀ ਵੀ ਹਲਕਾ ਖਾਣਾ, ਵੀ ਤੂੰ ਹਲਕਾ ਖਾਏਗਾ। ਮੈਂ ਵਕਾਰ ਕੋਲ ਗੱਲ ਸੁਣੀ, ਵਕਾਰ ਕਿਵੇਂ ਸੀ? ਸਾਡੇ ਨਾ ਮਤਲਬ ਰਿਸ਼ਤੇਦਾਰ ਸੀ,
ਤੇ ਉਹ ਨਾ ਬਿਮਾਰ ਹੋ ਗਿਆ, ਪੱਠੇ ਪੁੱਠੇ ਪਾਉਂਦਾ ਸੀ ਉਹ, ਤੇ ਡਾਕਟਰ ਨੇ ਉਹਨੂੰ ਕਿਹਾ ਕਿ ਹਲਕਾ ਫੁਲਕਾ ਖਾਣਾ ਹੈ ਤੁਸੀਂ, ਰੋਟੀ ਰੂਟੀ ਨਹੀਂ ਖਾਣੀ ਆ। ਕਹਿੰਦਾ ਠੀਕ ਹੈ। ਉਹਨੂੰ ਨਾ ਬ੍ਰੈਡ ਦਾ ਜਿਹੜਾ ਵੱਡਾ ਪੈਕਟ ਨਹੀਂ ਹੁੰਦਾ ਉਹ ਲਿਆ ਕੇ ਦੇ ਤਾ, ਤੇ ਡਾਕਟਰ ਆਇਆ ਦੂਸਰੀ ਵਾਰੀ ਰੌਣ ਤੇ ਹਸਪਤਾਲ ਦਾਲ ਸੀ ਨਾ, ਦੂਸਰੀ ਵਾਰੀ ਰੌਣ ਤੇ ਆਇਆ, ਉਹਨੇ ਦਵਾਈ ਦਵੂਈ ਦੇਣੀ ਸੀ, ਉਹਨੇ ਕਿਹਾ ਆਪਨੇ ਕੁਛ ਖਾਇਆ ਬਈ, ਖਾਧਾ ਕੁਛ? ਕਹਿੰਦਾ ਹਾਂਜੀ ਖਾਧਾ। ਕਹਿੰਦਾ ਕੀ ਖਾਧਾ? ਕਹਿੰਦਾ ਇੱਕ ਛਾਪਰ ਜੀ ਖਾਧਾ ਬਸ। ਡਾਕਟਰ ਉਹਦੇ ਮੂੰਹ ਵੱਲ ਵੇਖ ਕੇ ਕਹਿੰਦਾ ਸਾਰਾ ਖਾ ਬ੍ਰੈਡ ਦਾ ਪੈਕਟ? ਹਾਂਜੀ ਬਸ ਇੱਕ ਛਾਪਰ ਹੀ ਖਾਧਾ। ਕਹਿੰਦਾ ਹੋਰ ਤੂੰ ਕੀ ਖਾ? ਇੱਕ ਛਾਪ ਤੂੰ ਖਾ ਗਿਆ, ਲੈ ਹੋਰ ਵੀ ਘਰ। ਇਸੇ ਤਰ੍ਹਾਂ ਹੀ ਵਿਕਾਰ ਨੇ ਨਾ, ਦੁਆਣਾ ਖਾਧਾ ਮੈਂ ਬਸ ਥੋੜਾ ਜਿਹਾ, ਦੁਆਣਾ ਖਾਧਾ ਉੱਥੇ ਮੁੱਕ ਗਿਆ ਮੈਂ ਹੀ ਕਰਾਂ। ਚਲੋ ਨਿਕਲਦੇ ਆਪਾਂ ਹੁਣ ਤਹਿਰਾਨ ਤੋਂ, ਅਗਲੀਆਂ ਗੱਲਾਂ ਹੁੰਦੀਆਂ। ਤਹਿਰਾਨ ਸ਼ਹਿਰ ਦੇ ਵਿੱਚੋਂ ਨਿਕਲਣ ਡੇ ਆਪਾਂ ਹੁਣ ਇਸ ਵੇਲੇ, ਵਿਕਾਰ ਐਡੀਟਿੰਗ ਨੂੰ ਲੱਗਾ। ਆਹ ਜਿਹੜਾ ਲਾਹੌਰ ਦੇ ਵਿੱਚ ਸਾਡੇ ਜਿਵੇਂ ਮੈਟਰੋ ਆ, ਬੱਸ ਮੈਟਰੋ ਸਟੇਸ਼ਨ, ਉਸੇ ਤਰ੍ਹਾਂ ਹੀ ਮੈਟਰੋ ਆ, ਲੇਕਿਨ ਇਹਦੇ ਵਿੱਚ ਸਕੂਟਰ ਵੀ ਭੱਜੇ ਫਿਰਦੇ ਆ, ਦੂਜੀਆਂ ਗੱਡੀਆਂ ਵੀ ਆ ਜਾਂਦੀਆਂ। ਆਪਣੇ ਲਾਹੌਰ ਦੇ ਵਿੱਚ ਜਿਹੜਾ ਵਾ ਬਿਲਕੁਲ ਉਹਨੂੰ ਫੈਂਸਿੰਗ ਆ, ਹੋਰ ਕੋਈ ਗੱਡੀ ਐਂਟਰ ਨਹੀਂ ਕਰ ਸਕਦੀ। ਇਹਨਾਂ ਵੀ ਇਹ ਵੈਸੇ ਬਣਾਈ ਲਹਿਦਾ ਤੋਂ ਹੀ ਸਿਰਫ ਮੈਟਰੋ ਵਾਸਤੇ, ਕਿਉਂਕਿ ਦੂਜੀ ਟ੍ਰੈਫਿਕ ਜਿਹੜੀ ਆ ਇਹਨਾਂ ਸਾਈਡਾਂ ਤੋਂ ਲੰਘਦੀ। ਅਤੇ ਹੁਣ ਸਾਡੇ ਇਸਲਾਮਾਬਾਦ ਦੇ ਵਿੱਚ ਵੀ ਆ, ਮੁਲਤਾਨ ਦੇ ਵਿੱਚ ਵੀ ਆ, ਫੈਸਲਾਬਾਦ ਪਤਾ ਨਹੀਂ ਕਦੋਂ ਆਉਣੀ। ਅਤੇ ਅਸੀਂ ਕਰਦੇ ਪਏ ਕ੍ਰਾਸ ਹੁਣ ਤਹਿਰਾਨ ਨੂੰ ਸਵੇਰੇ ਸਵੇਰੇ, ਰਸ਼ ਰੁਸ਼ ਏਡਾ ਖਾਸ ਕੋਈ ਨਹੀਂ ਗਾ, ਕਿਉਂਕਿ ਸਵੇਰਾ ਸਵੇਰੇ ਹਾਲੀ 8:15 ਵੀ ਨਹੀਂ ਹੋਏ। ਅਤੇ ਅਸੀਂ ਇਸੇ ਤੋਂ ਹੀ ਜਲਦੀ ਨਿਕਲੇ ਅਤੇ ਆਪਾਂ ਫਟਾਫਟ ਕ੍ਰਾਸ ਕਰਕੇ ਅਤੇ ਅੱਗੇ ਪਹੁੰਚ ਜਾਈਏ ਜਿੱਧਰ ਆਪਾਂ ਜਾਣਾ। ਤਾਂ ਮੈਂ ਕਿਹਾ ਤੁਹਾਨੂੰ ਤਹਿਰਾਨ ਦਾ ਜਿਹੜਾ ਕੈਪੀਟਲ ਆ ਇਰਾਨ ਦਾ, ਤਹਿਰਾਨ, ਉਹ ਥੋੜ੍ਹਾ ਜਿਹਾ ਵਿਖਾਵਾਂ ਵੀ ਕਿਸ ਤਰ੍ਹਾਂ ਦਾ। ਸੋਹਣੀ ਸਵਿਟਰੀ ਆ, ਵਧੀਆ ਬਣਾਇਆ ਇਹਨਾਂ ਨੇ, ਸਾਫ਼ ਆ, ਮਤਲਬ ਏਡਾ ਜੋ ਸਾਈਡਾਂ 'ਤੇ ਵੀ ਅਸੀਂ ਗਏ ਹਾਂ, ਕਿਉਂਕਿ ਰਾਤੀ ਹੋਟਲ ਜਿਹੜਾ ਆਪੀ ਉਹ ਗਲੀਆਂ ਗੁਲੀਆਂ 'ਚੋਂ ਲੰਘ ਕੇ ਲਿਆ ਸੀ। ਅਤੇ ਪਹਿਲਾਂ ਤਾਂ ਹੋਸਟਲ ਗਏ ਸਾਂ, ਤਾਂ ਹੋਸਟਲ ਲੱਭਾ ਨਾ, ਫਿਰ ਗਲੀਆਂ ਗੁਲੀਆਂ 'ਚ ਵੜ ਗਏ ਅਤੇ ਗਲੀਆਂ ਵੇਖੀਆਂ, ਉਹ ਵੀ ਸਾਫ਼ ਸੁਥਰੀਆਂ ਗਲੀਆਂ, ਮਤਲਬ ਕੋਈ ਏਡਾ ਨਹੀਂ ਹੈ, ਗੰਦ ਗੁੰਦ ਨਹੀਂ ਹੈ। ਈਵਨ ਇਕੱਲੇ ਤਹਿਰਾਨ ਦੇ ਵਿੱਚ ਨਹੀਂ, ਸਾਰੇ ਸ਼ਹਿਰਾਂ ਦੇ ਵਿੱਚ ਅਸੀਂ ਗਏ ਹਾਂ, ਜਿੱਥੇ ਜਿੱਥੇ ਗਏ ਹਾਂ। ਸਪੋਜ਼ ਲਾਹੌਰ ਸੀ ਛੋਟਾ ਸ਼ਹਿਰ, ਉੱਥੇ ਗਏ, ਫਿਰ ਸ਼ਿਰਾਜ਼ ਗਏ, ਰਸਤੇ 'ਚ ਹੋਰ ਕਿੰਨੇ ਸਾਰੇ ਵੇਖੇ, ਕਸਬੇ ਕਸਬੇ ਵੇਖੇ, ਸਾਰੇ ਸਾਫ਼ ਸੁਥਰੇ ਸੀ। ਸੋ ਇਹ ਆ ਜੀ ਤਹਿਰਾਨ।
ਹਾਂ ਜੀ, ਅਸੀਂ ਪਹੁੰਚ ਗਏ ਹਾਂ ਤਬਰੇਜ਼ ਤੋਂ 175 ਕਿਲੋਮੀਟਰ ਪਿੱਛੇ ਹਾਂ। ਇੱਥੇ ਤੇ ਮੁਖਤਲਿਫ ਕਿਸਮ ਦੇ ਪਹਾੜੀਆਂ ਵਹਿੰਦੇ ਆਏ ਆ, ਤੋ ਲਾਲ ਕੋਈ ਨੀਲੀਆਂ ਤੇ ਮੁਖਤਲਿਫ ਕਿਸਮ ਦੇ ਆ। ਇੱਥੇ ਬਹੁਤ ਵਧੀਆ ਸਾਈਡ ਵਾਲੇ ਨਜ਼ਾਰੇ ਜਿਹੜੇ ਵੇਖਣ ਵਾਲੇ ਆ। ਮੈਂ ਕਿਹਾ ਕੈਮਰੇ ਦੀ ਅੱਖ ਦੇ ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਅਤੇ ਕਿਸ ਤਰ੍ਹਾਂ ਦਾ ਇੱਥੋਂ ਦਾ ਮਾਹੌਲ ਆ। ਸਾਰੇ ਦਾ ਸਾਰਾ ਰੋਡ ਬਹੁਤ ਵਧੀਆ ਬਣਿਆ, 120 ਦੀ ਸਪੀਡ ਦਾ ਰੋਡ ਹੈ, ਜਿਵੇਂ ਸਾਡੇ ਪਾਕਿਸਤਾਨ ਮੋਟਰਵੇ 120 ਦਾ। ਅਤੇ ਉਹਦੇ ਆਲ ਦੁਆਲੇ ਇੱਦਾਂ ਦਾ ਆ, ਵਿੱਚ ਦੁਆਣਿਆਂ ਵਾਲੇ ਅਤੇ ਐਂਡ ਫਰੂਟ ਵਾਲੇ ਨਾ, ਉਹਨਾਂ ਨੇ ਕਾਨਿਆਂ ਦੀਆਂ ਬਣਾ ਕੇ ਸਬਾਤਾਂ ਜਿਹੀਆਂ ਉੱਥੇ ਬੈਠੇ ਨੇ ਵੇਚਦੇ ਨੇ। ਤਾਂ ਕਿਸੇ ਦੁਆਣੇ ਵਾਲੀ ਰੇੜੀ ਤੋਂ ਮੈਂ ਲੈ ਕੇ ਜਾਂਦਾ ਕਿ ਉੱਥੇ ਦਾ ਕਿਵੇਂ ਦਾ ਮਾਹੌਲ ਆ, ਸ਼ਹਿੜਾਂ ਵੇਖੋ। ਸੋ ਇਸ ਤਰ੍ਹਾਂ ਦਾ ਰੋਡ ਆ, ਇਹਨਾਂ ਦੇ ਕਲਰ ਬਦਲੀ ਜਾਂਦੇ ਆ ਪਹਾੜਾਂ ਦੇ ਨਾਲ ਦੇ ਨਾਲ ਨਾ। ਵੇਖੋ ਕੋਈ ਲਾਲ ਆ ਜਾਂ ਨੀਲਾ ਆ, ਵੇਖੋ ਰੱਬ ਦੇ ਰੰਗ ਆ। ਇੱਕ ਜਗ੍ਹਾ ਤੇ ਤੁਹਾਨੂੰ ਵਿਖਾਉਣਾ ਵੀ ਇੱਥੇ ਇਹਨਾਂ ਨੇ ਕਿਸ ਤਰ੍ਹਾਂ ਰੱਖੇ, ਲੋਕ ਰੁਕਦੇ ਆ ਆ ਕੇ, ਕਿਉਂਕਿ ਲੰਬਾ ਸਫ਼ਰ ਆ ਤਬਰੇਜ਼ ਤੋਂ ਆਪਣੇ ਇੱਥੇ ਤੱਕ ਦਾ, ਸੋਰੀ ਆਪਣੇ ਤਹਿਰਾਨ ਤੋਂ ਤਬਰੇਜ਼ ਤੱਕ ਦਾ। ਤੋ ਰਸਤੇ 'ਚ ਲੋਕ ਆ ਕੇ ਪਿਕਨਿਕ ਪਾਰਟੀਆਂ ਵਾਲੇ ਹੁੰਦੇ ਆ ਰਸਤੇ 'ਚ। ਤਕਰੀਬਨ 600 ਕਿਲੋਮੀਟਰ ਮੋਟਰਵੇ ਹੀ ਆ, ਸਾਰੇ ਦਾ ਸਾਰਾ ਮੋਟਰ ਹਾਈਵੇ ਹੀ ਆ ਸਾਰੇ ਦਾ ਸਾਰਾ। ਤੁਹਾਨੂੰ ਮਾਹੌਲ ਇਹਨਾਂ ਨੇ ਕਿਸ ਤਰ੍ਹਾਂ ਰੱਖਿਆ। ਗੱਡੀ ਤੋਂ ਆਪਾਂ ਲੱਥ ਗਏ ਹਾਂ, ਐਂ ਵੇਖੋ ਨਾ, ਇੱਕ ਮਤਲਬ ਕਿ ਠੰਡੇ ਕਰਨ ਵਾਸਤੇ ਵੀ ਫੁਹਾਰਾ ਜਿਹਾ ਲਾਈ ਖਲੋਤੇ, ਵਕਾਰ ਬੜੇ ਗੌਰ ਨਾਲ ਵੇਖਣ ਡਿਆ। ਇੱਧਰੋਂ ਨੀ ਆਓ, ਵੇਖੋ ਆਓ, ਮੈਂ ਤੁਹਾਨੂੰ ਦੱਸਿਆ ਸੀ ਪਹਾੜੀਆਂ ਦਾ ਵੇਖੋ ਇਹਨਾਂ ਦਾ ਕਲਰ ਹੋਰ ਆ, ਇਸ ਸਾਈਡ ਤੇ ਇਹਦਾ ਹੋਰ ਇਹਨਾਂ ਦਾ ਕਲਰ, ਤੇ ਵਿਚਾਲੇ ਆਪਣੇ ਲਾ ਕੇ ਬੈਠੇ ਨੇ ਦੁਆਣੇ ਦੁਹਣੇ। ਇੱਥੇ ਮੁਖਤਲਿਫ ਕਿਸਮ ਦੇ ਨੇ, ਗਰਮਾ ਦੁਆਣਾ ਅਤੇ ਆਹ ਪਤਾ ਨਹੀਂ ਕੀ ਹੈ, ਆਹ ਕਰੇਲਾ ਸ਼ਹਿਰ, ਆਹ ਮੈਨੂੰ ਲੱਗਦਾ ਕਰੇਲਾ ਵਿਕਾਰ। ਵਟ ਇਜ਼ ਦਿਸ, ਵਟ ਇਜ਼ ਦਿਸ, ਨੋ ਨੋ ਡੋਨ ਵਟ ਇਜ਼ ਨੋ ਫਾਰਸੀ, ਨੋਟ ਫਾਰਸੀ, ਪੰਜਾਬੀ, ਇੰਗਲਿਸ਼, ਇੰਗਲਿਸ਼, ਯਾ ਵਟ ਇਜ਼ ਦ ਪ੍ਰਾਈਸ ਆਫ ਦਿਸ, ਓਮਨ ਤੁਮਾਨ, ਥ੍ਰੀ ਐਂਡ ਦ ਹੋਟ ਵਨ ਐਂਡ ਦ ਕੋਲਡ ਵਨ, ਯੂ ਹੈਵ ਅ ਕੋਲਡ ਵਨ, ਠੰਡਾ ਠੰਡਾ ਨਹੀਂ ਹੈ, ਹੈ ਠੰਡਾ ਵਿਕਾਰ ਵਿਕਾਰ ਆਪਣੇ ਵਲੌਗ ਨੂੰ ਲੱਗਾ ਬਣਾਉਣ। ਅੱਛਾ ਆਹ ਵੇਖ ਇਹਨੇ ਇੱਧਰੋਂ ਛੱਪਰੇ ਬਣਾਏ, ਜਿਵੇਂ ਤੁਹਾਨੂੰ ਦੱਸਿਆ ਸੀ ਨਾ, ਇਹਨਾਂ ਕਾਨਿਆਂ ਜਿਹਾ ਦੇ ਛੱਪਰੇ ਬਣਾਏ ਆ। ਐਂ ਰੋਡ ਚੱਲਦਾ ਮੇਨ, ਸਾਈਡਾਂ 'ਤੇ ਸਾਰੇ ਪਹਾੜ ਹੀ ਪਹਾੜ, ਆਹ ਗਰਮੇ ਨਾਲ ਦੁਆਲੇ, ਆਹ ਕਾਨਿਆਂ ਦੀਆਂ ਛੱਤਾਂ, ਜਿਵੇਂ ਤੁਹਾਨੂੰ ਦੱਸਿਆ ਨਾ ਆਪਣੇ ਕਾਨੇ ਹੁੰਦੇ ਆ, ਉਹਨਾਂ ਦੀਆਂ ਛੱਤਾਂ ਬਣਾਈਆਂ। ਸੋਫੇ ਲਾ ਕੇ ਰੱਖੇ ਆ ਵੀ ਫੈਮਲੀਆਂ ਆ ਕੇ
ਜਿਵੇਂ ਇੱਧਰ ਸਾਡੇ ਬੈਠੇ ਆ ਉੱਧਰ ਬੈਠੇ ਫੈਮਿਲੀਆਂ ਆ ਕੇ ਵਹਿੰਦੀਆਂ, ਮੈਨੂੰ ਮੈਂ ਪੁੱਛਿਆ ਕਿੰਨੇ ਦਾ, ਕਹਿੰਦਾ 30 ਤਮਾਨ। 30 ਤਮਾਨ? ਮੈਨੂੰ ਪੁੱਛਿਆ ਵੀ ਠੰਡਾ ਹੈ? ਠੰਡੀ ਨਹੀਂ ਆ, ਤੰਗੀ ਠੰਡਾ 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 ਕੂਲ ਕੂਲ ਹੁਣ ਤੈਨੂੰ ਜੈਕਟ ਪਾ ਕੇ ਵਾਵਾ ਆ ਕੀ ਵਿਖਾਰਾ ਕਿਉਂ ਹੈ ਇਹ ਕੀ ਆ ਆ ਕੀ ਆ ਵਟ ਇਜ਼ ਦਿਸ ਥੋੜ੍ਹੇ ਨਾ ਇੱਧਰ ਨੂੰ ਕਰ ਕੀ ਹੈ ਇਹ ਕਿਆ ਹੈ ਚੈੱਕ ਦਿਸ ਕਤਰੀ ਲਾ ਕੇ ਕਤਰੀ ਲਾ ਕੇ ਚੈੱਕ ਦਿਸ ਟੈਸਟ ਕਰੇਗਾ ਵਿਕਾਰ ਹੁਣ ਕੀ ਆ ਮਿੱਠਾ ਨਹੀਂ ਆ ਓਕੇ ਲਿਧ ਲਈ ਖਾ ਲਾਂਗੇ ਬੜਾ ਓਕੇ ਦੇ ਦੇ ਓਕੇ ਦੇ ਦੇ ਉਹਨੂੰ ਕੱਟ ਕੇ ਦੇ ਕੱਟ ਇੱਕ ਕਤਰੀ ਹੋਰ ਲਾ ਕੇ ਦੇ ਨਹੀਂ ਇੱਥੇ ਬਹਿ ਕੇ ਖਾਂਦੇ ਆ ਇੱਥੇ ਬਹਿ ਖਾਂਦੇ ਆ ਸਾਡਾ ਆ ਆ ਗਿਆ ਤੇ ਪਤਾ ਨਹੀਂ ਹੁਣ ਹੈਗਾ ਕੀ ਹੈ ਕੀ ਹੈ ਛੁਰੀ ਨਹੀਂ ਦੇ ਗਿਆ ਛੁਰੀ ਉਹ ਉੱਥੇ ਲੈ ਗਿਆ ਇਹ ਹੁਣ ਆਪਾਂ ਕੱਟ ਕੇ ਖਾਂਦੇ ਹਾਂ ਫਿਰ ਅੱਗੇ ਤੁਰਦੇ ਹਾਂ ਮੁੰਡਾ ਛੁਰੀ ਲੈ ਕੇ ਆ ਗਿਆ ਆ ਜਾ ਕੱਟਦੇ ਇਹਨੂੰ ਕੱਟਦੇ ਕੱਟਦੇ ਇਹਨੂੰ ਦਿਸ ਨੇਮ ਲੋ ਜੀ ਕਟਾ ਲਿਆ ਆਪਾਂ ਗਰਮਾ ਲੱਗਦਾ ਮੈਨੂੰ ਹਨਾ ਮੈਨੂੰ ਤੇ ਠੰਡਾ ਲੱਗਦਾ ਤੁਹਾਨੂੰ ਗਰਮਾ ਲੱਗਦਾ ਤੈਨੂੰ ਠੰਡਾ ਲੱਗਦਾ ਸਵੇਰ ਦਾ ਧੁਆਣਾ ਮੈਂ ਬੜਾ ਮਿਸ ਕਰੀ ਜਾਂਦਾ ਇਹ ਫੜ ਲਓ ਇਹ ਲਾ ਇਹ ਆ ਵਧੀਆ ਆ ਮੈਨੂੰ ਦਿੱਤਾ ਨਹੀਂ ਮੈਂ ਕਿਹਾ ਥੱਲੋਂ ਛਿੱਲੜ ਕੱਟ ਪਿਆ ਲੀ ਲੋ ਖਾ ਨਾ ਤੇ ਐਸਾ ਖਾਂਦੇ ਹਾਂ ਵਕਾਰ ਤੇਰਾ ਮੂੰਹ ਬਹੁਤ ਵੱਡਾ ਤੇਰਾ ਵਕਾਰ ਹੁਣ ਖਾਣ ਡਿਆ ਹਟਦਾ ਨਹੀਂ ਹਲੇ ਵੀ ਵੇਖ ਲਓ ਛਾਪਰ ਲੱਗਦੇ ਛਾਪਰ ਨੂੰ ਸਾਰਾ ਖਾ ਗਿਆ ਮੈਂ ਇੱਕ ਹੋਰ ਤੁਹਾਨੂੰ ਸ਼ੈਬ ਹੋਣੀ ਸੀ ਇਹ ਵੇਖ ਛੋਟੀ ਜਿਹੀ ਦੁਕਾਨ ਹੈ ਬਿਲਕੁਲ ਨਾ ਰਸਤੇ 'ਤੇ ਇੱਥੇ ਵੈਸੇ ਤਾਂ ਕੋਈ ਵੀ ATM ਵਕਾਰ ਹਾਲੇ ਖਾਈ ਜਾਂਦਾ ਗਰਮਾ ਉਹ ਬੈਠਾ ਅਤੇ ਇੱਥੇ ਮੈਂ ਨਾ ਖਾਸ ਤੌਰ 'ਤੇ ਤੁਹਾਨੂੰ ਇੱਕ ਹੋਰ ਸ਼ੈਬ ਹੋਣੀ ਸੀ ਜਿੱਦਾਂ ਕਰਕੇ ਮੈਂ ਕਿਹਾ ਮੈਂ ਤੁਹਾਨੂੰ ਇਹ ਖਾਸ ਤੌਰ 'ਤੇ ਇਹਦੇ 'ਚ ਮੈਨਸ਼ਨ ਕਰਕੇ ਵੀਡੀਓ ਬਣਾ ਕੇ ਦੱਸਾਂ ਆਹ ਵੇਖੋ ਇੱਕ ਮਿੰਟ ਜ਼ਰਾ ਇਹ ਐਂ ਵੇਖੋ ਜੀ ਇਹ ਵੇਖਣ ਨੂੰ ਛੋਟੀ ਜਿਹੀ ਦੁਕਾਨ ਆ ਰਸਤੇ 'ਤੇ ਦੁਕਾਨ ਆ ਮਤਲਬ ਦੁਆਣੇ ਵੇਚਦਾ ਇੱਥੇ ਵੈਸੇ ਇੰਟਰਨੈਸ਼ਨਲੀ ਜੇ ਆਪਾਂ ਕਹਾਂਗੇ ਪੂਰੇ ਇਰਾਨ ਦੇ ਵਿੱਚ ਕੋਈ ਵੀ ਨਹੀਂ ਚੱਲਦਾ ਕਾਰਡ ਨਹੀਂ ਚੱਲਦੇ ਇਹਨਾਂ ਦੇ ਆਪਣੇ ਬੈਂਕਾਂ ਦੇ ਕਾਰਡ ਆ
ਤੇ ਇਸ ਦੁਕਾਨ ਵਾਲੇ ਨੇ ਵੀ ਕਾਰਡ ਰੱਖਿਆ, ਅਸੀਂ ਉਹਨੂੰ ਆਖਿਆ ਵੀ ਸਾਡੇ ਕੋਲ ਪੈਸੇ ਗਏ ਆ ਮੁੱਕ, ਕਹਿੰਦਾ ਕਾਰਡ ਲਾ ਦਿਓ, ਅਤੇ ਕਾ ਹੈਗੇ ਵੀ ਵਾਈਫਾਈ ਵਾਲੇ ਸਾਡੇ, ਹਾਲੇ ਤੱਕ ਪਾਕਿਸਤਾਨ ਹੁਣ ਥੋੜ੍ਹੇ ਥੋੜ੍ਹੇ ਆਉਣ ਲੱਗੇ ਆ, ਅਤੇ ਦਵਾਣੇ ਵਾਲਿਆਂ ਨੇ ਵੀ ਰੱਖੇ ਆ, ਅਤੇ ਇਹਨਾਂ ਨੇ ਕੀ ਕਹਿੰਦੇ ਹੁੰਦੇ ਆ ਵੀ ਬਿਲਕੁਲ ਦੁਨੀਆਂ ਤੋਂ ਭਾਵੇਂ ਲੈਦਾ ਨੇ, ਲੇਕਿਨ ਇਹਨਾਂ ਤਰੱਕੀ ਜਿਹੜੀ ਉਹ ਪੂਰੀ ਕੀਤੀ ਆਪਣੇ ਹਿਸਾਬ ਨਾਲ, ਵਧੀਆ ਇਹਨਾਂ ਦਾ ਸੜਕਾਂ ਸੁੜਕਾਂ ਇਨਫਰਾਸਟ੍ਰਕਚਰ ਬਹੁਤ ਵਧੀਆ, ਸਾਰਾ ਕੁਛ ਬਿਹਤਰੀਨ ਹੈ। ਹੋਰ ਵਕਾਰ ਆਖਣ ਡਿਆ ਵੀ ਪੈਸੇ ਨੋ ਕੀ ਕਹਿੰਦਾ, ਅੱਛਾ ਹੁਣ ਇੱਕ ਹੋਰ ਮਜ਼ੇਦਾਰ ਗੱਲ ਹੈ ਵੀ ਸਾਡੇ ਕੋਲ ਪੈਸੇ ਮੁੱਕ ਗਏ ਆ, ਇਹਨਾਂ ਨੇ $100 ਬਣਾਇਆ ਸੀ, ਇਹ ਵੀ ਤੁਹਾਨੂੰ ਮੈਂ ਦੱਸਾਂ, ਮੈਨਸ਼ਨ ਕਰਦਾ ਵਕਾਰ, ਦੱਸ ਵੀ ਕਿੰਨੇ ਡਾਲਰ ਬਣਾਏ ਸੀ ਅਸੀਂ? ਅਸੀਂ $100 ਬਣਾਇਆ ਸੀ ਅਤੇ ਐਂਡ ਵਾਲੇ ਜਿਹੜੇ ਬੱਚੇ ਸੀ ਉਹ ਸਾਰੇ ਇਹਨੂੰ ਦੇ ਦਿੱਤੇ ਨੇ, ਅਤੇ ਅੱਜ ਸਾਨੂੰ ਇੱਕ ਹੋਰ ਗੱਲ ਹੈ ਨਾ ਵੀ ਚੌਥਾ ਦੇਣਾ ਤਾਂ $100 ਨਹੀਂ ਮੁੱਕਾ ਲੈ, ਬਹੁਤ ਸਸਤਾ ਮੁੱਲ ਗਿਆ, ਹੁਣ ਆ ਕੇ ਮੁੱਕੇ $100 ਦੇ ਵਿੱਚ। ਅਸੀਂ ਤਕਰੀਬਨ ਕੋਈ 2000 ਕਿਲੋਮੀਟਰ ਸਫ਼ਰ ਕੀਤਾ, ਉਹਦਾ ਤੇਲ ਵੀ ਪਵਾਇਆ, ਅਸੀਂ ਖਾਣਾ ਵੀ ਖਾਧਾ, ਰਾਤਾਂ ਰੁਕੇ ਵੀ ਆ, ਅਤੇ ਇੰਨਾ ਸਸਤਾ। ਉਹ ਮੈਂ ਅੱਗੇ ਦੱਸਦਾ ਪਿਆ ਸੀ, ਮੈਂ ਕਿਹਾ ਦੇਖੋ ਇਹ ਤਕਰੀਬਨ 300 ਤਲਾਰ ਦਾ ਐਪ ਦੁਹਾਣਾ, ਰਾਤੀ ਅਸੀਂ ਖਾਣਾ ਖਾਧਾ ਸੀ, ਅਸੀਂ 17 ਮਿਲੀਅਨ ਦਾ ਖਾਣਾ ਖਾ ਗਏ ਸੀ, ਠੀਕ ਹੈ, 17 ਮਿਲੀਅਨ ਤਲਾਰ ਦਾ, 17 ਚਿਕਨ ਚੁਕਨ ਖਾਂਦੇ, ਇੱਕ ਤੇ ਉਹਨਾਂ ਦਾ ਟੇਸਟ ਨਹੀਂ ਅੱਛੇ, ਲੂਣ ਮਿਰਚਾਂ ਘੱਟ ਪਾਉਂਦੇ ਨੇ, ਅਸੀਂ ਲੂਣ ਮਿਰਚਾਂ ਜ਼ਿਆਦਾ ਖਾਣ ਵਾਲੇ ਸੀ, ਆਹ ਖਾ ਕੇ ਬਹੁਤ ਵਧੀਆ ਲੱਗਿਆ। ਓਨਲੀ ਫਾਰਸੀ, ਫਾਰਸੀ ਓਨਲੀ, ਵੀ ਹੈ ਨੋ ਕਾਰਡ, ਨੋ ਕਾਰਡ, ਪੈਸੇ ਮੁੱਕ ਗਏ ਸਾਡੇ ਕੋਲ, ਜਾਓ ਮੈਂ ਦਿਹਾੜੀ ਲਵਾ ਕੇ ਆਇਆ, ਜਦੋਂ ਮੈਂ ਇੱਕ ਹੋਰ ਕਟਾਇਆ ਨੇ ਆਪ ਹੀ ਕਹਿਣਾ ਜਾ ਤੂੰ ਓਕੇ 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 ਨੋ ਮਨੀ ਨੋ ਮਨੀ ਓਕੇ ਚੈੱਕ ਦੀ ਤੇਰੇ ਨਾਲ ਦਿਹਾੜੀ ਕਰੀ, ਤੇਰੇ ਦੁਮਾਨੇ ਵੇਚੀ, ਪੈਸੇ ਵਸੂਲ ਕਰੀ, ਓਕੇ? ਕਹਿੰਦਾ ਠੀਕ ਹੈ, ਓਕੇ ਫਿਰ ਬਾਏ, ਓਕੇ, ਖੁਸ਼ ਹੋ ਗਿਆ। Thank you. Okay, thank you. Salam. Okay. Oh, you car sir. ਅਸੀਂ ਤਰਲਾ ਮਾਰੇ ਤੇ ਪੈਸੇ ਸਾਡੇ ਕੋਲ ਮੁੱਕ ਗਏ, ਤੇ ਹੁਣ ਘਰ ਚੱਲੀਏ ਆਪਾਂ, ਪੈਸੇ ਜਾ ਕੇ ਤੇ ਬਣਾਈਏ, ਜਾ ਕੇ ਪੈਸੇ ਬਣਾਈਏ, ਤੇ ਸਭ ਤੋਂ ਪਹਿਲਾਂ ਆਪਾਂ ਪੈਸੇ ਤੜਵਾਉਣੇ। ਲੋ ਵੀ ਆ ਗਏ ਅਸੀਂ ਮੇਨ ਬਾਜ਼ਾਰ ਦੇ ਵਿੱਚ ਬੈਂਕਾਂ ਦੇ ਕੋਲ, ਇੱਥੋਂ ਪੁੱਛਿਆ ਸੀ, ਮੁੰਡੇ ਫਿਰਦੇ ਸੀ ਜਿਸ ਤਰ੍ਹਾਂ ਡੀਲਰ ਨਹੀਂ ਬਾਹਰ ਫਿਰਦੇ ਹੁੰਦੇ, ਏਜੰਟ ਕਰੰਸੀ ਚੇਂਜ ਵਾਲੇ ਫਿਰਦੇ, ਉਹਨਾਂ ਦੱਸਿਆ ਵੀ ਅੱਜ ਫੁੱਲੀ ਜਿਹੜਾ ਬੰਦ ਆ ਸਾਰਾ ਦਾ ਸਾਰਾ ਬਾਜ਼ਾਰ, ਬੈਂਕ ਬੁੰਕ 'ਚ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ, ਇਸ ਤੋਂ ਆਪਾਂ ਉਹ ਮੁੰਡੇ ਜਿਹੜੇ ਫਿਰਦੇ ਆ ਉਹ ਪਿੱਛੇ ਉਹਨਾਂ ਕੋਲ ਚੇਂਜ ਕਰਾ ਲਏ, ਰੇਟ ਉਹਨਾਂ ਠੀਕ ਹੀ ਦਿੱਤਾ, ਮਾੜਾ ਰੇਟ ਨਹੀਂ ਦਿੱਤਾ, ਅਤੇ ਆਪਾਂ $50 ਚੇਂਜ ਕਰਾਏ ਆ, ਅਤੇ ਕਿਉਂਕਿ ਅੱਗੇ $100 ਕਰਾਏ ਸੀ, ਆਪਾਂ 3 ਦਿਨ ਕੱਢ ਗਿਆ, ਅਤੇ ਆਪਾਂ ਹੁਣ 50 ਕਰਾਏ ਆ, ਪਤਾ ਨਹੀਂ ਹੁਣ ਸਾਡਾ ਕਾਰਡ ਕੱਢਣਗੇ ਕਿ ਨਹੀਂ। ਨਹੀਂ ਕੱਢ ਜਾਣਗੇ, ਇਹ ਵੇਖੋ ਨਹੀਂ ਵਾਹਵਾ ਲੱਭ ਗਏ, ਵੀ ਵੱਡੇ ਨੋਟ ਦੇ 50-50। ਅਤੇ ਆਪਾਂ ਹੁਣ ਪਹਿਲਾਂ ਸਾਰਿਆਂ ਨਾਲੋਂ ਕੁਛ ਖਾਣ ਪੀਣ ਦਾ ਬੰਦੋਬਸਤ ਕਰਕੇ ਉੱਥੇ ਸਲਾਹ ਕਰੀਏ
ਵੀ ਕਿਸ ਤਰ੍ਹਾਂ ਕਰਨਾ, ਇੱਥੇ ਰੁਕਣਾ ਕਿ ਅੱਗੇ ਜਾਣਾ, ਕਿਉਂਕਿ ਟਾਈਮ ਹਾਲੀ ਵਾਹਵਾ ਵਾ, 4:03 ਕੁਛ ਮਿੰਟ ਹੋਏ ਨੇ, ਅਤੇ ਆਪਾਂ ਕੁਛ ਖਾ ਪੀ ਲਈਏ, ਨਾਲੇ ਫਿਰ ਗੱਡੀ ਵਾਸ਼ ਕਰਾਉਣੀ ਸੀ, ਤੇਲ ਚੇਂਜ ਕਰਾਉਣਾ ਸੀ, ਇਹਦੇ ਉੱਤੇ ਸਟਿੱਕਰ ਵਗੈਰਾ ਲਵਾਉਣੇ ਜਿਵੇਂ ਤੁਹਾਨੂੰ ਦੱਸਿਆ ਸੀ, ਪਰ ਅੱਜ ਮਾਰਕੀਟ ਸਾਰੀ ਬੰਦ ਆ, ਸ਼ਾਇਦ ਆ ਕੋਈ ਸਾਨੂੰ ਦੁਕਾਨ ਦੁਕਾਨ ਲੱਭ ਜੇ, ਚਲੋ ਇੱਕ ਵਾਰੀ ਫਿਰ ਕੇ ਵੇਖਦੇ ਹਾਂ। ਚਲੋ ਜੀ ਵਕਾਰ ਸਾਹਿਬ, ਆਪਾਂ ਬਾਜ਼ਾਰ ਇਹਨਾਂ ਦਾ ਫ੍ਰੀ ਹੈ ਕਿੱਦਾਂ ਦਾ, ਸੁਣੀਆਂ ਪਈਆਂ ਗਲੀਆਂ, ਗੱਡੀਆਂ ਸਾਰੀਆਂ ਪਾਰਕਿੰਗ ਤੇ ਖਲੋਤੀਆਂ, ਗਲੀਆਂ ਸੁਣੀਆਂ। ਚਲੋ ਇਹਨਾਂ ਦੇ ਬੈਂਕ ਬੁੰਕ ਵਧੀਆ ਵਾ, ਸ਼ਹਿਰ ਸੋਹਣਾ ਹੈ। ਜਿੰਨਾ ਸਾਨੂੰ ਪਹਿਲਾਂ ਤਾਂ ਡਰਾਇਆ ਸੀ, ਉਂਝ ਤਾਂ ਮੈਨੂੰ ਕੁਛ ਵਿਖਿਆ ਨਹੀਂ ਆ, ਸਾਨੂੰ ਤਾਂ ਉਦੋਂ ਦਾ ਕੋਈ ਟੱਕਰਿਆ ਨਹੀਂ ਬੰਦਾ ਯਾਰ, ਮਤਲਬ ਕੋਈ ਉਂਝ ਦੀ ਚੀਜ਼ ਨਹੀਂ ਆ, ਐਡੇ ਵੱਡੇ ਸ਼ਹਿਰ ਚ ਬੰਦਿਆਂ ਦੇ ਅਖਲਾਕ ਵੀ ਸਹੀ ਨੇ, ਜਿਹਨੂੰ ਹੱਸ ਕੇ ਬੁਲਾਓ ਹੱਸ ਕੇ ਮਿਲਦਾ ਹੈ। ਬਸ ਉਹ ਇੱਕ ਸਾਨੂੰ ਟੱਕਰਿਆ ਸ਼ਰਾਬ ਚ ਟੱਕਰਿਆ, ਫਰਾਡੀਆ ਸਿਮ ਵਾਲਾ, ਸਿਮ ਵਾਲਾ, ਬਾਕੀ ਸਾਰੇ ਬੰਦੇ ਨਾਈਸ ਨੇ, ਲੋਕਾਂ ਦੇ ਅਖਲਾਕ ਅੱਛੇ ਨੇ, ਗੱਲਬਾਤ ਕਰਨ ਦਾ ਤਰੀਕਾ ਅੱਛਾ ਵਧੀਆ ਮਿਲਦਾ। ਹੁਣ ਜਿਵੇਂ ਉਹਨਾਂ ਨੇ ਪੁੱਛਿਆ ਕਿ ਚੇਂਜ ਡੋਲਰ, ਹਾਂ ਡੋਲਰ, ਸਿਰਫ ਉਹਨੂੰ ਇਹ ਪਤਾ ਕਿ ਡੋਲਰ ਚੇਂਜ ਕਰਨਾ, ਬਾਕੀ ਹੋਰ ਉਹਨੂੰ ਇੰਗਲਿਸ਼ ਕੁਛ ਨਹੀਂ ਆਉਂਦੀ। ਚਲੋ ਜੀ ਆਪਾਂ ਲੱਭ ਲਈਏ ਇੱਕ ਵਾਰੀ ਖਾਣ ਪੀਣਾ, ਫਿਰ ਕਰਦੇ ਗੱਲ। ਚਲੋ ਅੱਜ ਅਸੀਂ ਜੀ, ਅੱਜ ਅਸੀਂ ਜਿਹੜਾ ਹੋਟਲ ਨਹੀਂ ਲਿਆ, ਅਸੀਂ ਗੈਸਟ ਹਾਊਸ ਲਿਆ ਜਿੱਥੇ ਟਰੈਵਲਰ ਰੁਕਦੇ ਆ ਨਾ, ਗੋਰੇ ਰੁਕੇ ਆ, ਇਹ ਆ ਬਹਾਰ ਹਾਊਸ ਤਬਰੇਜ਼ ਦੇ ਵਿੱਚ, ਅਤੇ ਇੱਥੇ ਕਮਰਾ ਬੜਾ ਇੰਟਰਸਟਿੰਗ ਅਸੀਂ ਲਿਆ, ਉਹ ਸੀੜੀਆਂ ਚੜ੍ਹ ਕੇ ਦੇ ਉੱਤੇ ਜਾਣਾ, ਉਹ ਆਲਣਾ ਮੈਂ ਤੁਹਾਨੂੰ ਉੱਧਰ ਦੀ ਵਿਖਾਉਂਦਾ ਵੀ ਆਲਣਾ ਕਿੱਦਾਂ ਦਾ ਵਾ, ਅਤੇ ਵਕਾਰ ਆ ਗਿਆ ਪਹਿਲੋਂ ਗੋਰਿਆਂ ਨਾਲ ਡਿਆ ਗੱਪਾਂ ਮਾਰਨ, ਵੇਖੋ ਇੰਗਲਿਸ਼ ਬੋਲਣ ਸਿੱਖਣ ਡਿਆ। ਹੈਲੋ ਹਾਊ ਆਰ ਯੂ, ਹੈਲੋ ਯੂਟਿਊਬਰ, ਮੈਨੂੰ ਦੱਸ ਮੰਮੀ ਹੈ, ਦਿਸ ਇਜ਼ ਮਾਈ ਇੰਸਟਾਗ੍ਰਾਮ, ਪੌੜੀਆਂ ਚੜ੍ਹ ਕੇ ਆਲਣਾ ਇਹਨਾਂ ਨੇ ਬਣਾਇਆ, ਆਲਣਾ ਆਪਾਂ ਬੁੱਕ ਕਰਾ ਲਿਆ, ਆ ਜਿਹੜਾ ਇੱਥੇ ਆਪਾਂ ਰਾਤ ਰਹਿਣਾ, ਅਤੇ ਨਾਲ ਅੰਗੂਰ ਲੱਗੇ, ਅੰਗੂਰ ਖਾਵਾਂਗੇ, ਆ ਵੇਖ ਆਲਣੇ, ਤੁਹਾਨੂੰ ਉੱਧਰ ਦੀ ਮੈਂ ਵਿਖਾਉਂਦਾ ਆਲਣਾ ਆਪਾਂ ਕਿੱਥੇ ਲਿਆ ਅੱਜ ਰਾਤ, ਆਲਣਾ ਇਹਨਾਂ ਨੇ ਬਣਾਇਆ, ਆਲਣਾ ਆਪਾਂ ਬੁੱਕ ਕਰਾ ਲਿਆ, ਆ ਜਿਹੜਾ ਇੱਥੇ ਆਪਾਂ ਰਾਤ ਰਹਿਣਾ, ਅਤੇ ਨਾਲ ਅੰਗੂਰ ਲੱਗੇ, ਅੰਗੂਰ ਖਾਵਾਂਗੇ, ਆ ਵੇਖ ਆਲਣੇ, ਤੁਹਾਨੂੰ ਉੱਧਰ ਦੀ ਮੈਂ ਵਿਖਾਉਂਦਾ ਆਲਣਾ ਆਪਾਂ ਕਿੱਥੇ ਲਿਆ ਅੱਜ ਰਾਤ, ਥੱਲਿਓ ਦੀ ਮੈਂ ਤੁਹਾਨੂੰ ਆਲਣਾ ਵਹਾਵਾਂ, ਇਹ ਆ ਇਹ ਆਲਣਾ ਆਪਣਾ, ਟਿਕਟੋਕ, ਯੂ ਹੈਵ ਟਿਕਟੋਕ? ਨੋ, ਆਈ ਹੈਵ ਟਿਕਟੋਕ 10 ਮਿਲੀਅਨ ਫਾਲੋਅਰ, ਓਕੇ, ਯੂ ਹੈਵ ਯੂਟਿਊਬ? ਯਾ, ਯੂਟਿਊਬ, ਯੂ ਹੈਵ ਯੂਟਿਊਬ? ਯੂਟਿਊਬ, ਆਈ ਡੋਨਟ, ਆਈ ਮੀਨ, ਆਈ ਵਾਚ ਯੂਟਿਊਬ, ਬਟ ਆਈ ਡੋਨਟ ਹੈਵ ਮਾਈ ਅਕਾਊਂਟ, ਸਰਚ, ਸਰਚ, ਚੈੱਕ ਕਰ, ਫਾਲੋਅਰ ਉਹਦਾ, ਚੈੱਕ ਕਰ, ਵਕਾਰ WAQAR, ਹੀ ਵਾਂਟਸ ਟੂ ਇਨਕਰੀਜ਼ਿੰਗ ਹਿਸ ਫਾਲੋਅਰਸ, ਵਕਾਰ, ਨੋ, ਓਨਲੀ Yeah, relax, relax, this is my song. Oh, you have a song? Yeah, Punjabi bole bole. Okay. Dale. Okay. Later sunange, late raat nu sunange. Aapa main tenu koi hor shayar bhanna. Mare mera vlog wala channel subscribe kar. No, vlog, vlog. Vikar Binder vlog. Okay. ਆਕਾ ਸਾਕਾ ਨੂੰ ਵੀ ਸੈਂਡ ਕਰ, ਉਹਨਾਂ ਨੂੰ ਫਾਲੋ ਕਰੋ, WAQAR, BHIN ਸਪੇਸ ਪਾ ਕੇ BHIN ਵਲੌਗ, ਵਲੌਗ, ਓਕੇ, ਯੂ ਸੈਂਡ
link your friend circle. Okay? This vlog do din pichha ਬਾਹਰੋਂ ਘੁੰਮ ਆਈਏ ਇੱਕ ਵਾਰੀ ਤੇ ਫਿਰ ਆ ਕੇ ਸੋਵਾਂਗੇ। ਵਧੀਆ ਲੋਕੇਸ਼ਨ ਆ ਆਪਣੇ ਆਲਣੇ ਦੀ ਅੱਜ ਦੀ। ਟਾਈਮ ਰਾਤ ਨੂੰ ਵਾਹਵਾ ਹੋ ਚੱਲਾ, ਸ਼ਾਮ ਦਾ ਟਾਈਮ ਹੋ ਚੱਲਾ ਅਤੇ ਵਲੌਗ ਵੀ ਆਪਾਂ ਵਾਹਵਾ ਲੰਮਾ ਹੋ ਗਿਆ। ਹੁਣ ਆਪਾਂ ਬਾਜ਼ਾਰ ਤਰ੍ਹਾਂ ਘੁੰਮ ਆਈਏ ਅਤੇ ਅਗਲਾ ਵੀਡੀਓ ਕੱਲ੍ਹ ਫੇਰ ਸ਼ੇਅਰ ਕਰਾਂਗੇ ਅਤੇ ਰਾਤ ਦੇ ਕੁਛ ਫੋਟੋਜ਼ ਵਗੈਰਾ ਆਪਾਂ ਬਣਾਉਣ ਜਾਂਦੇ ਹਾਂ ਅਤੇ ਕਿਉਂਕਿ ਅਸੀਂ ਦੁਬਾਰਾ ਆਉਣਾ ਵਾਪਸੀ ਇੱਥੇ ਇਸ ਸ਼ਹਿਰ ਦੇ ਵਿੱਚ। ਸ਼ਹਿਰ ਬਹੁਤ ਸੋਹਣਾ ਅਤੇ ਇਹਦੇ ਵਲੌਗ ਸਾਰੀਆਂ ਜਗ੍ਹਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਹੁਣ ਤੋਂ ਸਾਨੂੰ ਇਜਾਜ਼ਤ, ਮਿਲਦੇ ਹਾਂ ਤੁਹਾਨੂੰ ਫਿਰ ਕੱਲ੍ਹ, ਰੱਬ ਰੱਖਾ।